होशियारपुर के पौश इलाके में चल रहे एक नामी सैलून में उस समय हंगामा हो गया जब सैलून में काम कर रही एक लड़की ने आरोप लगाया कि सैलून के नाम पर यहां धंधा चलाया जाता है। उसने कहा कि एक नौजवान पिछले कई महीनों से सैलून में बतौर डम्मी के तौर पर काम सीखने आता है जबकि वह कोई क्लास अटेंड नहीं करता। लड़कियों का आरोप है कि उक्त नौजवान मैनेजर की शह पर सैलून में आता है और लड़कियों के साथ छेड़छाड़ करता है। आज जब उक्त नौजवान ने एक लड़की से छेड़छाड़ की तो लड़की ने एतराज जताया जिसके बाद उक्त नौजवान ने लड़की के साथ हाथापाई कर दी। वहीं इस दौरान पीड़ित लड़की ने अपने परिजनों को वहां पर बुलाया और उक्त लड़के की जमकर धुनाई की जिसके बाद पुलिस ने मौके पर पहुंचकर उक्त लड़के को हिरासत में ले लिया। वहीं पीड़ित लड़की ने बताया कि सैलून की आड़ में यहां लड़कियों के साथ अभद्र व्यवहार किया जाता है। वहीं सैलून मैनेजर ने इस घटनाक्रम पर बोलते हुए कहा कि जो आरोप लगाए जा रहे हैं वे बेबुनियाद हैं। वहीं पुलिस ने कहा कि जांच के बाद बनती कार्रवाई की जाएगी। होशियारपुर से हलचल के लिए अंकुश गोयल की रिपोर्ट। ਸੋ ਸਟੂਡੈਂਟ ਸੀਗੇ ਦੋਨੋਂ ਹੀ ਮੇਰੇ ਸਟੂਡੈਂਟ ਆ ਉਹ ਵੀ ਸਟੂਡੈਂਟ ਆ ਇਦਾਂ ਹੀ ਬਹਿਸ ਹੋਈ ਆਪਸ ਵਿੱਚ ਤੇ ਦੋਨੋਂ ਜਣੇ ਇਦਾਂ ਹੀ ਲੜ ਪਏ। ਉਹ ਕਹਿੰਦੀ ਲੜਕੀ ਦਾ ਕਹਿਣਾ ਇੱਥੇ ਧੰਦਾ ਚੱਲਦਾ ਹੈਗਾ ਉਹਦੇ ਕੱਪੜੇ ਵੀ ਪਾੜੇ ਗਏ ਸਰ ਉਹਦਾ ਕੋਈ ਕੱਪੜਾ ਨਹੀਂ ਪਾੜਿਆ ਮੇਰੇ ਸਾਰੇ 100+ ਸਟੂਡੈਂਟਸ ਇੱਥੇ ਮੇਰਾ ਸਾਰਾ ਸਟਾਫ ਇੱਥੇ ਕੋਈ ਇੱਕ ਬੰਦਾ ਕਹਿ ਦੇ ਕਿ ਉਹਦੇ ਕੱਪੜੇ ਪਾੜਿਆ ਈਵਨ ਮੈਂ ਉਹਨੂੰ ਥੱਲੇ ਲੈਣ ਗਈ ਆ ਉਹਨੇ ਮੈਨੂੰ ਇਹ ਕਿਹਾ ਕਹਿੰਦੀ ਜੇ ਤੁਸੀਂ ਮੈਨੂੰ ਹੱਥ ਲਾਇਆ ਮੈਂ ਆਪਣੇ ਕੱਪੜੇ ਪਾੜ ਲੈਣੇ ਤੁਹਾਡੇ ਤੇ ਕੋਈ ਵੀ ਐਲੀਗੇਸ਼ਨ ਲੱਗ ਸਕਦਾ। ਮੈਡਮ ਉਹਦਾ ਕਹਿਣਾ ਕਿ ਜਿਹੜੇ ਰੂਮ 'ਚ ਸਾਨੂੰ ਲੈ ਕੇ ਗਏ ਸੀਸੀਟੀਵੀ ਵੀ ਹੈ ਨਹੀਂ ਉੱਥੇ ਸਰ ਉਹ ਉੱਥੇ ਹੀ ਬੈਠੀ ਸੀਗੀ ਕਿਉਂਕਿ ਸਾਰੇ ਰੂਮ ਬਿਜ਼ੀ ਸੀ ਇੱਥੇ ਕਾਉਂਸਲਿੰਗ ਚੱਲਦੀ ਪਈ ਸੀਗੀ ਬਾਹਰ ਵੀ ਕਲਾਇੰਟਸ ਬੈਠੇ ਸੀ ਉਧਰ ਵੀ ਸਰਵਿਸਿਜ਼ ਚੱਲਦੀਆਂ ਸੀ ਇੱਕ ਉਹੀ ਰੂਮ ਫ੍ਰੀ ਸੀਗਾ। ਉਹਨਾਂ ਦੇ ਇਲਜ਼ਾਮ ਆ ਕਿ ਜੇ ਤੁਸੀਂ ਸਾਡੇ ਨਾਲ ਨਾ ਗੱਡੀ 'ਚ ਬੈਠੋਗੇ ਕਿਉਂਕਿ ਅਸੀਂ ਐਡਵਾਂਸ ਪੈਸੇ ਲੈ ਚੁੱਕੇ ਹਾਂ ਤੁਹਾਨੂੰ ਸਾਡੇ ਨਾਲ ਗੱਡੀ 'ਚ ਬਹਿਣਾ ਪੈਣਾ ਹੈ ਉਹਨਾਂ ਦੇ ਇਲਜ਼ਾਮ ਆ ਤੁਹਾਡੇ ਸਰ ਇਹ ਸਭ ਕੁਝ ਝੂਠ ਆ ਕੋਈ ਕੁਝ ਨਹੀਂ ਮੇਰਾ ਮੈਂ ਤੁਹਾਨੂੰ ਕਹਿੰਦੀ 100 ਬੱਚਾ ਮੇਰਾ ਇੱਥੇ ਮੇਰੇ 10 ਤੋਂ ਜ਼ਿਆਦਾ ਸਟਾਫ ਮੈਂਬਰ ਕੋਈ ਇੱਕ ਸਟਾਫ ਮੈਂਬਰ ਕਹਿ ਦੇਵੇ ਕਿ ਹਾਂਜੀ ਮੈਡਮ ਨੇ ਆਹ ਗੱਲ ਉਹਦੇ ਨਾਲ ਕੀਤੀ ਆ ਤਾਂ ਮੈਂ ਸੁਖਦੇਵ ਜੀ ਪਤਾ ਨੀ ਕੌਣ ਕੌਣ ਕਿਹਨਾਂ ਦੇ ਨਾਮ ਲੈ ਰਹੀ ਸੀ ਉਹ ਉਹਨਾਂ ਦੇ ਫੋਨ ਮੈਂ ਉਹਨੂੰ ਕਿਹਾ ਕਿ ਰਿਤਿਕਾ ਦੇਖ ਮੈਂ ਤੇਰੇ ਪੈਰੀ ਪਹਿਲਾਂ ਦੀ ਆਪਣੀ ਇੱਜ਼ਤ ਦਾ ਸਵਾਲ ਆ। ਭਾਜੀ ਇੱਥੇ ਬਹੁਤ ਚਿਰ ਦਾ ਹੀ ਹੋ ਰਿਹਾ ਜੋ ਹੋ ਰਿਹਾ ਆ ਇੱਥੇ ਗੱਲ ਉੱਥੇ ਬਹਿ ਕੇ ਹੁੰਦੀ ਹੈ ਜਿੱਥੇ ਕੈਮਰੇ ਨਹੀਂ ਲੱਗੇ ਸਾਨੂੰ ਕਹਿੰਦੇ ਅਸੀਂ ਐਡਵਾਂਸ ਪਹਿਲਾਂ ਹੀ ਦਿੱਤਾ ਹੋਇਆ ਆ ਤੁਹਾਡਾ ਕਿਹੜਾ ਐਡਵਾਂਸ ਦਿੱਤਾ ਹੋਇਆ ਜਦੋਂ ਅਸੀਂ ਨਾ ਕਰਦੇ ਹਾਂ ਤਾਂ ਆਹ ਹਾਲ ਕੀਤਾ ਜਾਂਦਾ ਸਾਡਾ ਇੱਥੇ ਉਹ ਵੀ ਜਿੱਥੇ ਕੈਮਰੇ ਨਹੀਂ ਲੱਗੇ ਉੱਥੇ ਥੱਪੜ ਮਾਰੇ ਜਾਂਦੇ ਅੰਦਰ ਜਾ ਕੇ ਦੇਖ ਲਓ ਸ਼ੀਸ਼ੇ ਟੁੱਟੇ ਹੋ ਆ ਲਵੀ ਖੰਨਾ ਉਹ ਇੱਥੇ ਕੰਮ ਚਲਾ ਰਿਹਾ ਆ ਸਾਨੂੰ ਕਹਿੰਦਾ ਗੱਡੀ 'ਚ ਬੈਠੋ ਮੈਨੇਜਰ ਨਾਲ ਰਲ ਕੇ ਮੈਨੇਜਰ ਆਪ ਕਹਿੰਦੀ ਆ ਕਹਿੰਦੀ ਮੇਰਾ ਘਰ ਟੁੱਟ ਜਾਣਾ ਕਹਿੰਦੀ ਜੇ ਕੰਮ ਬੰਦ ਹੋ ਗਿਆ ਤਾਂ ਪੜਦਾ ਨਹੀਂ ਪੜਦਾ ਇੱਥੇ ਹੁਣ ਨਹੀਂ ਪੜਦਾ ਦਿਖਾਈ ਫਾਈਲ ਕਹਿੰਦੇ ਉਹਦੀ ਐਡਮਿਸ਼ਨ ਹੋਈ ਕੋਈ ਝੂਠ ਹੈ ਹਾਂਜੀ ਝੂਠ ਹੈ ਪੈਸੇ ਖਾਂਦੀ ਉਹ ਆਪ ਵਿੱਚੋਂ ਜੇ ਸਾਤੋਂ ਪੈਸੇ ਖਾ ਰਹੀ ਹੈ ਸਾਡਾ ਕੰਮ ਧੰਦਾ ਲਵਾ ਕੇ ਤੇ ਉਤੋਂ ਵੀ ਖਾ ਰਹੀ ਹੈ ਪੈਸੇ ਉਹ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਮੈਂ ਤਾਂ 6 ਮਹੀਨਿਆਂ ਤੋਂ 1 ਸਾਲ ਤੋਂ ਮੈਂ 6 ਮਹੀਨਿਆਂ ਤੋਂ ਮੈਨੂੰ ਫਸਟ ਟਾਈਮ ਹੋਇਆ ਇਨਸੀਡੈਂਟ ਮੈਨੂੰ ਨਾ ਮੈਂ ਇਗਨੋਰ ਕਰ ਰਹੀ ਹਾਂ ਆ ਹੁਣ ਮੈਂ ਨਾ ਕੱਲ ਦਾ ਕੱਲ ਹੋਇਆ ਕੱਲ ਕਿਸੇ ਨੂੰ ਕੁਝ ਨਹੀਂ ਮੈਂ ਦੱਸਿਆ ਮੈਂ ਕਿਹਾ ਅੱਜ ਗੱਲ ਸੌਟ ਹੋ ਜੂਗੀ ਪਰ ਨਹੀਂ ਥੱਪੜ ਮਾਰੇ ਉਹਨੇ ਸਾਡੇ ਥੱਪੜ ਇਹ ਬ੍ਰਾਈਡਲ ਰੂਮ ਦੇ ਵਿੱਚ ਲੈ ਗਏ ਇਹਨਾਂ ਨੇ ਉੱਥੇ ਜਾ ਕੇ ਕਿਹਾ ਰਿਤਿਕਾ ਸਾਡੇ ਨਾਲ ਗੱਡੀ 'ਚ ਬੈਠ ਮੈਂ ਰਸ਼ਮੀ ਮੈਡਮ ਮੈਨੇਜਰ ਉੱਥੇ ਆ ਮੁੰਡਾ ਉੱਥੇ ਆ ਇਹ ਕੁੜੀ ਉੱਥੇ ਆ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠ ਮੈਂ ਕਿਹਾ ਗੱਡੀ 'ਚ ਕੀ ਗੱਲ ਕਰਨੀ ਮੈਂ ਇੱਥੇ ਪੜ੍ਹਨ ਆਉਂਦੀ ਹਾਂ ਜਿਹੜੀ ਵੀ ਗੱਲ ਕਰਨੀ ਆ ਇੱਥੇ ਕਰੋ ਮੈਂ ਕਿਹਾ ਮੈਮ ਇੱਥੇ ਕੈਮਰਾ ਨਹੀਂ ਆ ਤੁਸੀਂ ਇੱਥੇ ਮਤਲਬ ਬਿਨਾਂ ਕੈਮਰੇ ਮੇਰੇ ਨਾਲ ਕੀ ਗੱਲ ਕਰਨੀ ਆ ਕਹਿੰਦੇ ਮੁੰਡਾ ਲਵੀ ਖੰਨਾ ਉਹਨੇ ਮੈਨੂੰ ਕਿਹਾ ਕਹਿੰਦਾ ਤੈਨੂੰ ਸੁਣਦਾ ਨਹੀਂ ਮੈਨੂੰ ਗਲਤ ਮੇਰੇ ਅੰਗਾਂ ਨੂੰ ਮਤਲਬ ਮੇਰੇ ਪ੍ਰਾਈਵੇਟ ਪਾਰਟਸ ਨੂੰ ਉਹਨੇ ਗਲਤ ਟੱਚ ਕੀਤਾ ਮੈਨੂੰ ਕਹਿੰਦਾ ਗੱਡੀ 'ਚ ਬਹਿ ਮੁੰਡਿਆਂ ਤੋਂ ਮੈਂ ਤੇਰਾ ਐਡਵਾਂਸ ਲੈ ਚੁੱਕਾ ਆ ਮੈਂ ਕਿਹਾ ਕਿਸ ਚੀਜ਼ ਦਾ ਐਡਵਾਂਸ ਲੈ ਚੁੱਕਾ ਤੁਸੀਂ ਰਲ ਕੇ ਇੱਥੇ ਇਹ ਕੰਮ ਕਰਦੇ ਆ ਜਦੋਂ ਮੈਂ ਮੈਨੇਜਰ ਨੂੰ ਕਿਹਾ ਮੈਂ ਮੀਡੀਆ ਸੱਦ ਕੇ ਤੁਹਾਡਾ ਪਰਦਾ ਫਾਸ਼ ਕਰਨਾ ਆ ਉਹਨੇ ਮੇਰੇ ਇੰਨੀ ਜ਼ੋਰ ਦੀ ਖਿੱਚ ਕੇ ਚਪੇੜ ਮਾਰੀਆਂ ਦੇਖੋ ਉੱਤੇ ਮੇਰਾ ਟੁੱਟਾ ਪਿਆ ਆ ਮੈਂ ਇੰਨੀ ਜ਼ੋਰ ਦੀ ਮਿਰਰ ਦੇ ਵਿੱਚ ਵੱਜੀ ਮੈਂ ਨਾਲੇ ਕਿਹਾ ਮੈਂ ਕਿਹਾ ਮੈਂ ਹੁਣ ਮੀਡੀਆ ਨੂੰ ਦੱਸਣਾ ਮੇਰੇ ਕੱਪੜੇ ਪਾੜ ਹਾਂਜੀ ਸਰ ਕੀ ਮਾਮਲਾ ਸਰ ਆਇਆ ਸੀ ਸਾਹਮਣੇ 99 ਸਲੂਨ ਦੇ ਵਿੱਚ ਸ਼ਿਕਾਇਤ ਆਈ ਸੀ ਕੋਈ ਝਗੜਾ ਹੋ ਰਿਹਾ ਜਿੱਥੇ ਮੈਂ ਮੌਕੇ 'ਤੇ ਆਇਆ ਸੀ ਅਤੇ ਇੱਥੇ ਆ ਕੇ ਪਤਾ ਲੱਗਾ ਕਿ ਇੱਕੋ ਲੜਕਾ ਖੰਨਾ ਉਹ ਵੀ ਇੱਥੇ ਸਟੂਡੈਂਟ ਹੈਗਾ ਅਤੇ ਕੋਈ ਲੜਕੀਆਂ ਹੈਗੀਆਂ ਹਰਦੋ ਖਾਨਪੁਰ ਪਿੰਡ ਦੀਆਂ ਰੇਤੀ ਆ ਇੱਥੇ ਸ਼ਹਿਰ ਦੀ ਹੋਰ ਉਹ ਵੀ ਇੱਥੋਂ ਦੇ ਸਟੂਡੈਂਟਸ ਆ ਕੋਈ ਇਹਨਾਂ ਦੀ ਆਪਸੀ ਗੱਲਬਾਤ ਹੋਈ ਆ ਜਿੱਥੋਂ ਝਗੜਾ ਹੋ ਗਿਆ ਝਗੜਾ ਹੋਣ ਤੋਂ ਬਾਅਦ ਜਿਹੜਾ ਇੱਥੇ ਕਾਫੀ ਉਹ ਕਿਉਂਕਿ ਸਟੂਡੈਂਟਸ ਹੋਰ ਵੀ ਹੈਗੇ ਆ ਉੱਥੇ ਕਰਦੇ ਅਤੇ ਹੱਲਾ ਗੁੱਲਾ ਕਾਫੀ ਵੱਧ ਗਿਆ ਸੀ ਅਤੇ ਜਿਹੜੇ ਮੌਕੇ 'ਤੇ ਪੁਲਿਸ ਪਾਰਟੀ ਮੇਰੇ ਤੋਂ ਪਹਿਲਾਂ ਵੀ ਆ ਚੁੱਕੀ ਹੈ ਜਿਹਨਾਂ ਨੇ ਉਹਨਾਂ ਨੂੰ ਸਮਝਾ ਕੇ ਭੇਜਤਾ ਬਾਕੀ ਜੋ ਵੀ ਇਹ ਆਪਣੇ ਸਟੇਟਮੈਂਟਸ ਦੇਣਗੇ ਜੋ ਉਹਨਾਂ ਦੀ ਗ੍ਰੀਵਿਸ ਆ ਉਹਦੇ ਮੁਤਾਬਕ ਕਰ ਦਿੰਦੇ ਸਰ ਕੁੜੀਆਂ ਵੱਲੋਂ ਜਿਸਮ ਫਰੋਸ਼ੀ ਦੇ ਧੰਦੇ ਦਾ ਦੋਸ਼ ਲਗਾਇਆ ਉਹ ਜੀ ਕੋਈ ਦਿਖਦਾ ਤਾਂ ਹੈ ਨਹੀਂ ਜੀ ਬਾਕੀ ਤੁਸੀਂ ਮਤਲਬ ਜਾ ਸਿਆਣੇ ਉੱਪਰ ਜਾ ਕੇ ਦੇਖ ਸਕਦੇ ਹੋ ਜਿੱਥੇ ਸਟੂਡੈਂਟਸ ਹੋਰ ਵੀ ਆ
क्योंकि इस इंस्टीट्यूट के उन्होंने रजिस्टर में एंट्री चेक करके आया कि वो बकायदा स्टूडेंट है उन्होंने तीन बैच चलते पे स्टूडेंट्स के दो दो घंटे का एक क्लास होंगी है तो चल रहा कुड़िया भी जे जिसम फरोशी कर कह रही छे महीने का एक कुड़ी हो गई या चार कु महीने एक कुड़ी हो गया इतने काम अपने घर की पिछले साल की एडमिशन सतवें महीने की है लड़की तो वो जे कर रही है तो पिछले सतवें महीने तो हैगी पहला किसी ने कोई ध्यान च नहीं लिया अच्छ झगड़ा होने तो बाद सारिया गल्ला जी ध्यान च लिया फिर भी वेरीफाई